ਨਾਮ ਸੁੱਖਾ ਸਿੰਘ ਜੀ। ਕੁੜੀ ਦਾ ਕੀ ਨਾਮ ਹੈ? ਪਰਮਜੀਤ ਕੌਰ ਜੀ। ਕਿੱਥੋਂ ਦੇ ਰਹਿਣ ਵਾਲੇ ਤੇ ਕੁੜੀ ਦੀ ਉਮਰ ਕਿੰਨੀ ਹੈ ਜੀ? 17 18 ਸਾਲ ਉਮਰ। ਕਿੱਥੋਂ ਦੇ ਰਹਿਣ ਵਾਲੇ ਤੇ? ਪਿੰਡੀ ਨੈਣ ਦੇ। ਕੀ ਹੋਇਆ ਜੀ ਦੱਸੋ ਜਰਾ। ਇਹ ਹੋਇਆ ਜੀ ਦੋ ਆਏ ਨੇ ਤਿੰਨ ਜੀ ਆਏ ਨੇ ਤੇ ਦੋ ਲੜਕੇ ਤੇ ਇੱਕ ਲੜਕੀ। ਕੌਣ ਕੌਣ? ਜਵਾਨੀ ਇੱਕ ਆਈ, ਇੱਕ ਸ਼ੇਰਾ ਤੇ ਇੱਕ ਸ਼ਬਾ ਤੇ ਇੱਕ ਸ਼ਬੋ। ਬਸ ਇਗਰ ਬਸੇ ਡਿਊਟੀ। ਤੇ ਕੀ ਕੀਤਾ ਕੀ ਲੈਣੇ ਜੀ? ਉਹਨਾਂ ਇਹ ਕੀਤਾ ਵੀ ਉਹਨਾਂ ਜੋ ਕਾਰਵਾਈ ਕੀਤਾ ਬਾਲਕਾ ਜਿਹੜੇ ਕੇਸ ਕਰਦੇ ਨੇ ਉਹ ਕਰਕੇ ਨਾ ਜਦੋਂ ਜਾਣ ਲੱਗੇ ਉਹਨਾਂ ਆਖਿਆ ਮੈਂ ਰਲ ਗਏ ਰੌਲਾ ਪਾਉਣ। ਉਹਨਾਂ ਰੌਲਾ ਪਾਉਣ ਜਾਣੀ ਆਖਿਰ ਰੌਲਾ ਪਾਉਣ ਲੱਗੀ ਇਹ ਉਹਨੇ ਫੜਾ ਤੇਲ ਉਹਨੂੰ ਮਾਰ ਤੇ ਜਾਣੂ ਹੀ ਉਹ ਤੇਲ ਫੜਿਆ ਅਤੇ ਉੱਥੇ ਕੁੜੀ ਦੇ ਪਾਤਾ ਤੇਲ। ਤੇਲ ਕਿੰਨੇ ਪਾਇਆ? ਛੇਰੇ ਪਾਇਆ ਤੇਲ। ਛੇਰੇ ਤੇਲ ਪਾਇਆ, ਛੇਰੇ ਨੇ ਤੇਲ ਪਾਇਆ, ਛੱਬੇ ਨੇ ਤੀਹ ਲਾਈ ਜੇ ਛੱਬੇ ਉਹਦੇ ਮਾਰਦੇ ਉਹਨੂੰ ਸਾਨੂੰ। ਜਿਹੜੀ ਛੱਬੋ ਉਹਨੇ ਆਖਿਆ ਵੀ ਇਹਨੂੰ ਮਾਰ ਦਿਓ ਤੁਹਾਨੂੰ ਇਹਨੇ ਸਾਨੂੰ ਸਾਧਨਾ ਜੀ। ਕੁੜੀ ਦਾ ਕਿਸੇ ਹੋਰ ਵੀ ਵਿਆਹ? ਵਿਆਹ ਰੱਖਿਆ ਕੁੜੀ ਦਾ ਅਗਲੇ ਮਹੀਨੇ ਅਤੇ 6 ਤੇ 7 ਤਰੀਕ ਦਾ ਵਿਆਹ ਹੈ। 6-7 ਤਰੀਕ ਦਾ ਵਿਆਹ ਹੈ ਅਤੇ ਅਗਲੇ ਮਹੀਨੇ ਵਿਆਹ ਹੈ ਕੁੜੀ ਦਾ। ਇਹ ਕਹਿੰਦੇ ਮੇਰਾ ਸਾਡੇ ਨਾਲ ਵਿਆਹ ਕਰਾ। ਇਹਨਾਂ ਬਹੁਤ ਧਮਕੀ ਅੱਗੇ ਬਹੁਤ ਧਮਕੀ ਦਿੱਤੀਆਂ ਨੇ ਇਹਨੇ ਚਾਰ ਪਿੰਡ ਨੂੰ ਪੁੱਛੇ ਧਮਕੀ ਕਿੰਨੀ ਦਿੱਤੀ ਜਿਹੜੇ ਇਕੱਠੇ ਜੀ ਕਰਦੇ ਰਹੇ ਪੁੱਛ ਰਹੇ ਬਹੁਤ ਧਮਕੀਆਂ ਕੀਤੀਆਂ ਦਿੱਤੀਆਂ। ਹੋਰ ਵੀ ਕੋਈ ਗਲਤ ਕੰਮ ਵੀ ਕੀਤਾ ਕੁੜੀ ਨਾਲ ਜੀ ਇਹਨਾਂ ਨੇ? ਕੀਤੇ ਹੋਣੇ, ਕੀਤੇ ਹੋਏਗਾ। ਕੀ ਕੀਤਾ ਜੀ? ਪਹਿਲਾਂ ਕੀਤਾ ਨਹੀਂ ਜੀ, ਫਿਰ ਤੇਲ ਪਾਇਆ ਨਾ ਬਾਕੀ ਬਲਕਾ ਕੀਤਾ ਗਿਆ, ਮਾਰ ਕੇ ਕੀਤਾ ਗਿਆ, ਜ਼ਬਰਦਸਤੀ ਕੀਤੀ ਗਈ। ਹੋਰ ਕੀ ਡਿਮਾਂਡ? ਕੀ ਤੁਹਾਡੀ ਕੋਈ ਡਿਮਾਂਡ? ਇਹ ਵੀ ਇਹਨਾਂ ਕਾਰਵਾਈ ਸਖਤ ਸਖਤ ਹੋਣੀ ਚਾਹੀਦੀ। ਤਿੰਨ ਤੋਂ ਮੁੰਡੇ ਇੱਕ ਔਰਤ ਮੇਰੇ ਅੰਕਾਂ ਨਾਲ ਕਿ ਮੈਨੂੰ ਅੱਗ ਲਾਵੇ ਜਾਂਦੀ ਨੂੰ। ਕੀ ਕੀ ਨਾਂ ਕੀ ਉਹਨਾਂ ਦੇ? ਇੱਕ ਨਾਂ ਸ਼ੇਰਾ, ਸ਼ੱਬਾ, ਸਰਬਜੀ, ਸ਼ੱਬੂ। ਤੇ ਨਾ ਕੋਈ ਗਲਤ ਕੰਮ ਵੀ ਕੀਤਾ ਉਹਨਾਂ ਨੇ? ਕਹਿੰਦੇ ਸੀ ਕਰ ਪਰ ਮੈਂ ਨਹੀਂ ਕਰਦੀ ਤਾਂ ਮੈਨੂੰ ਜਿਉਂਦੇ ਹੀ ਅੱਗ ਲਾਵੇ ਅੰਦਰ। ਤੇ ਘਰ ਕੋਈ ਹੈਗਾ ਜੀ ਉਸ ਵੇਲੇ? ਨਹੀਂ ਕੋਈ ਨਹੀਂ, ਤੇਰੀ ਮੰਮੀ ਡੈਡੀ ਮੇਨ ਜੀ ਬਾਹਰ ਕੰਮ ਕਰਨ ਗਏ ਸੀ। ਤੇ ਕਿੱਦਾਂ ਦੀ ਗੱਲ ਹੈ? ਥਾਈ ਦੇਣ ਪੈਣਾ ਜੀ। ਤੇ ਕੀ ਮੰਗ ਕਰਦੀਆਂ? ਮੈਨੂੰ ਇਨਸਾਫ ਚਾਹੀਦਾ, ਇਨਸਾਫ ਚਾਹੀਦਾ ਮੈਨੂੰ ਬਸ। ਬੰਦਾ ਕੇਸ ਹੈ ਲੜਕੀ ਦੇ ਨਾਲ ਜੋ ਬਰਨ ਹੈ, ਕੀ ਕਹਿਣਾ ਚਾਹੁੰਦੇ ਜੀ ਔਰ ਕੀ ਮਸਲਾ ਸਰ? ਇਹ ਤਾਂ ਭਿੰਡੀ ਨੈਣ ਦੀ ਪਰਮਜੀਤ ਕੌਰ ਆ, ਇਹਦੇ ਇਹ ਦੱਸ ਇਹ ਬਿਆਨ ਦਿੰਦੀ ਆ ਵੀ ਮੇਰੇ ਨਾਲ ਦੋ ਮੁੰਡਿਆਂ ਨੇ ਰੇਪ ਕੀਤਾ। ਉਹ ਲੇਡੀਜ਼ ਬਿਆਨ ਸਾਡੀ ਲਿਖਣ ਰਹੀ ਆ। ਉਹ ਮੁੜ ਕੇ ਕਹਿੰਦੀ ਆ ਵੀ ਮੇਰੇ 'ਤੇ ਉਹਨਾਂ ਤੇਲ ਪਾ ਕੇ ਅਤੇ ਬਾਅਦ 'ਚ ਅੱਗ ਲਾ ਦਿੱਤੀ। ਇਹ 23 ਤਰੀਕ ਦਾ ਵਾਕਿਆ, 23-7 ਦਾ। ਅਤੇ ਸਾਨੂੰ ਹੁਣ ਇਨਫੋਰਮੇਸ਼ਨ ਮਿਲੀ ਆ ਹਾਰਡਲੀ ਮੈਨੂੰ ਕੋਈ 1.5 ਘੰਟਾ ਪਹਿਲਾਂ, ਉਹਦੇ ਬਾਰੇ ਕਾਰਵਾਈ ਹੋ ਰਹੀ ਆ, ਮੁਕੱਦਮਾ ਦਰਜ ਕੀਤਾ ਜਾ ਰਿਹਾ। ਯੋਗ ਆ ਤਫਤੀਸ਼ ਇਹ ਇਹ ਲੜਕੀ ਦੇ ਬਿਆਨ 'ਤੇ ਦਰਜ ਕਰ ਬਿਆਨ ਸਰ ਉਹਦੇ ਬਿਆਨੇ ਦਾ ਦਰਜ ਜਾਂ ਪਰਚਾ ਦਰਜ ਕੀਤਾ ਜਾ ਰਿਹਾ ਉਹਦੇ ਅਰੈਸਟ ਪਾਈ ਜਾਏਗੀ ਉਸੇ ਟਾਈਮ ਜੀ ਉਹਨਾਂ ਦੀ ਜੀ? ਜਦੋਂ ਉਸੇ ਵੇਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਰੈਸਟ ਪਾਈ ਜਾਊ। ਠੀਕ ਬਸ ਮੇਰੇ